ਇਸ ਕਰਕੇ ਕਹਿੰਦੇ ਅਸੀਂ ਕਹਿੰਦੇ ਕਿ ਇਹੋ ਜਿਹਾ ਕੋਈ ਫੈਸਲਾ ਜਥੇਦਾਰ ਨਾ ਕਰਨ ਕਿ ਜਿਹੜਾ ਕੌਮ ਨੂੰ ਪਰਵਾਹ ਨਾ ਹੋਵੇ। ਇਹ ਤਾਂ ਜੀ ਲੋਕਾਂ ਨੂੰ ਤਾਂ ਪਹਿਲਾਂ ਹੀ ਪਤਾ ਸੀਗਾ, ਸੰਗਤਾਂ ਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਇਹਨਾਂ ਨਾਲ ਡੇਰੇ ਨਾਲ ਗੱਠਜੋੜ ਹੈ, ਇਸ ਕਰਕੇ ਅਜੇ ਤੱਕ ਬੇਅਦਬੀਆਂ ਦਾ ਕੋਈ ਫੈਸਲਾ ਨਹੀਂ ਹੋ ਸਕਿਆ, ਕੋਈ ਇਹੋ ਜਿਹਾ ਹਾਲਾਤ ਨਹੀਂ, ਭਗਵੰਤ ਮਾਨ ਵੀ ਨਾ ਐਕਸ਼ਨ ਨਹੀਂ ਲੈ ਰਿਹਾ। ਇਹ ਚੀਜ਼ ਹੈ ਕਿ ਇਹ ਹੁਣ ਤਾਂ ਉਹਨਾਂ ਨੇ ਕਲੀਅਰ ਕਰ ਦਿੱਤਾ ਕਿ ਇਹ ਸਾਰੇ ਸਾਡੇ ਨਾਲ ਮਿਲੇ ਹੋਏ ਆ, ਇਸ ਕਰਕੇ ਸਿੱਖ ਸੰਗਤ ਨੂੰ ਤਾਂ ਫਿਰ ਇਹਨਾਂ ਤੋਂ ਕੋਈ ਉਮੀਦ ਹੋ ਹੀ ਨਹੀਂ ਸਕਦੀ ਕਿ ਅਸੀਂ ਇਨਸਾਫ ਕਿੱਥੋਂ ਕਰ ਸਕਦੇ। ਉਹਨਾਂ ਨੇ ਨਾ ਪ੍ਰੈਸ ਦੇ ਵਿੱਚ ਜਿਹੜਾ ਉਹਨਾਂ ਆਪਣਾ ਬਿਆਨ ਦਿੱਤਾ ਹੈ ਉਹਦੇ ਵਿੱਚ ਉਹਨੇ ਖੁੱਲ੍ਹ ਕੇ ਨਾਮ ਲਿੱਤਾ ਹੈ ਹਨੀਪ੍ਰੀਤ ਅਤੇ ਬਾਬੇ ਦਾ। ਭਗਵੰਤ ਮਾਨ ਨੂੰ ਚਾਹੀਦਾ ਹੈ ਕਿ ਉਹਨਾਂ ਦੇ ਖਿਲਾਫ ਵਾਰੰਟ ਜਾਰੀ ਕਰੇ ਅਤੇ ਅਰੈਸਟ ਕਰੇ। ਅਤੇ ਭਗਵੰਤ ਮਾਨ ਵੀ ਜਿਹੜਾ ਪੰਜਾਬ ਦੀਆਂ ਗੱਲਾਂ ਕਰਦਾ ਸੀ, ਮੈਂ ਦੋ ਦਿਨਾਂ 'ਚ ਇਹ ਕਰ ਦੂੰਗਾ, ਮੈਂ ਨਸ਼ਾ ਬੰਦ ਕਰਾ ਦੂੰਗਾ, ਇਹ ਵੀ ਦਮ ਨਹੀਂ ਰੱਖਦਾ ਕਿ ਬਾਬਿਆਂ ਨੂੰ ਉਹਦਾ ਗ੍ਰਿਫਤਾਰੀ ਦਾ ਵਾਰੰਟ ਜਾਰੀ ਕਰੇ। ਇਹ ਜਿਹੜੀਆਂ ਇਹਦੀਆਂ ਗੱਲਾਂ ਸੀ ਸਿਰਫ ਉਹ ਸੱਤਾ ਵਿੱਚ ਆਉਣ ਤੱਕ ਦੇ ਇਹਦੇ ਡਰਾਮੇ ਸੀਗੇ, ਹੁਣ ਇਹਨੂੰ ਲੋਕਾਂ ਨਾਲ ਕੋਈ ਹਮਦਰਦੀ ਨਹੀਂ ਹੈ। ਜੋ ਜੇ ਕਹਿੰਦਾ ਸੀ ਜੋ ਪਿਛਲੀਆਂ ਸਰਕਾਰਾਂ ਵਿੱਚ ਹੁੰਦਾ ਮੇਰੀ ਸਰਕਾਰ 'ਚੋਂ ਕੁਛ ਨਹੀਂ ਹੋਊਗਾ, ਉਹਦੇ ਪਿਛਲੀਆਂ ਸਰਕਾਰਾਂ ਨਾਲੋਂ ਜ਼ਿਆਦਾ ਮਾੜਾ ਹਾਲ ਹੈ ਹੁਣ ਲੋਕਾਂ ਦਾ। ਪੂਰੀ ਹੈ ਜੀ, ਹੈਗਾ ਇਹਦਾ ਵੀ, ਜੇ ਇਹਦਾ ਰਾਬਤਾ ਨਹੀਂ ਹੈ ਤਾਂ ਸਾਰਾ ਗਵਾਹ ਹੋਣ ਦੇ ਬਾਵਜੂਦ ਵੀ ਇਹ ਕਿਉਂ ਨਹੀਂ ਜਾਰੀ ਕਰਦਾ। ਹਾਂ ਪੈਂਡਿੰਗ ਪਿਆ ਹੈ, ਐਵੇਂ ਝੂਠ ਮਾਰਦਾ ਕਿ ਜਿਹੜੇ ਉਹਨੇ ਤਾਂ ਲਿਟਰਲੀ ਗਵਾਹੀ ਦੇਤੀ, ਸਾਰਾ ਕੁਛ ਹੈ ਜੀ। ਜਦੋਂ ਆਪਣਾ ਇਹਨੂੰ ਪਤਾ ਵੀ ਮੇਰੇ ਕੋਲ ਰਾਹ ਨਹੀਂ ਹੈ ਵੋਟਾਂ ਕਰਕੇ ਉਹਦੇ ਖਿਲਾਫ ਨਹੀਂ ਕਰ ਸਕਦਾ, ਸਾਡੇ ਬੰਦਿਆਂ ਦੇ ਝੂਠੇ ਪਰਚੇ ਪਾਈ ਜਾਂਦਾ ਹੈ ਜੀ ਤੁਸੀਂ ਸਰਬਜੀਤ ਖਾਲਸਾ ਦੀ ਮਦਦ ਕੀਤੀ ਹੈ, ਇਹਨਾਂ ਨੂੰ ਕੰਮ ਨਾ ਦਿਓ, ਇਹਨਾਂ ਨੂੰ ਮਤਲਬ ਹਰਾਸ ਕਰੋ, ਅਤੇ ਜਿਹੜਾ ਕੰਮ ਕਰਨ ਵਾਲਾ ਹੈ ਉਹ ਕਰਦਾ ਨਹੀਂ। ਓਬਵੀਅਸ ਹੈ ਜੀ ਨਹੀਂ ਜਾ ਰਹੀ। ਨਹੀਂ ਸਮੂਹ ਬੰਦੀ ਸਿੰਘਾਂ ਦੀ ਰਿਹਾਈ, ਸਾਰੇ ਜਿੰਨੇ ਵੀ ਬੰਦੀ ਸਿੰਘ ਆ ਜੋ ਪੁਰਾਣੇ ਆ ਨਵੇਂ ਆ ਅੰਮ੍ਰਿਤਪਾਲ ਦੇ ਸਾਥੀ ਆ ਸਾਰਿਆਂ ਦੀ ਰਿਹਾਈ ਲਈ ਅਸੀਂ ਇਹ ਗੱਲ ਕਰਦੇ ਹਾਂ, ਉਹਨਾਂ ਵਾਸਤੇ ਹੀ ਅਸੀਂ ਸਾਰਾ ਕੁਛ ਇੰਤਜ਼ਾਮ ਕਰ ਰਹੇ ਹਾਂ। ਕਾਰਨ ਕੀ? ਸਰਕਾਰ ਦੀ ਧੱਕੇਸ਼ਾਹੀ ਹੈ, ਇਹ ਇਹ ਵੀ ਖਾਲੀ ਉੱਧਰ ਨੂੰ ਕਰ ਦੋ, ਇਹ ਘੱਟ ਗਿਣਤੀ ਕੌਮਾਂ ਨਾਲ ਸਪੀਕਰ ਦਾ ਖਾਸ ਕਰਕੇ ਸਿੱਖਾਂ ਨਾਲ ਇਹਨੂੰ ਇਹ ਜਿਹੜਾ ਕਿ ਬਹੁਤ ਵੱਡਾ ਧੱਕਾ ਕੀਤਾ ਜਾ ਰਿਹਾ। ਹਾਂਜੀ ਹਾਂਜੀ ਹਾਂਜੀ
ਮੈਂ ਜੀ ਇਹ ਜਿਹੜੀ ਇਹ ਜਿਹੜਾ ਤੁਸੀਂ ਕਹਿ ਰਹੇ ਨਾ ਕਿ ਇੰਨੇ ਵੱਡੇ ਮਾਰ ਬਹੁਮਤ ਨਾਲ ਜਿੱਤਣ ਦੇ ਬਾਵਜੂਦ ਵੀ ਉਹਨਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ, ਕੋਈ ਗੱਲ ਨਹੀਂ ਸੁਣੀ ਜਾ ਰਹੀ, ਇੱਕ MP ਦੀ ਗੱਲ ਨਹੀਂ ਸੁਣੀ ਜਾ ਰਹੀ, ਏਡੇ ਵੱਡੇ ਮਾਰਜਨ 'ਤੇ ਆਮ ਜਨਤਾ ਦਾ ਕੀ ਹਾਲਾਤ ਹੋਣਗੇ? ਇਹ ਚੀਜ਼ਾਂ ਕਿ ਮੇਰਾ ਖਿਆਲ ਹੈ ਕਿ ਇਹ ਸਿੱਖਾਂ ਨਾਲ ਇੱਕ ਬਹੁਤ ਉਹਨਾਂ ਨੂੰ ਵਾਰ ਵਾਰ ਕਰਾਇਆ ਜਾ ਰਿਹਾ। ਦੇਖੋ ਜਿਹੜੀ ਗੱਲ ਹੈ ਨਾ, ਸਰਕਾਰ ਕਹਿੰਦੀ ਹੈ ਵੀ ਅੰਮ੍ਰਿਤਪਾਲ ਦੇ ਬਾਹਰ ਆਉਣ ਨਾਲ ਸਮਾਜ ਨੂੰ ਖਤਰਾ ਹੈ, ਆਹੀ ਗੱਲ ਕਹਿੰਦੇ ਹਾਂ ਨਾ। ਉਸੀ ਸਮਾਜ ਨੇ ਤਾਂ ਇਹਨਾਂ ਨੂੰ MP ਬਣਾ ਤਾ, ਸਮਾਜ ਤਾਂ ਆਪਣੇ ਆਪ ਨੂੰ ਸੇਫ ਫੀਲ ਕਰਦਾ ਉਹਨਾਂ ਦੀ ਮੌਜੂਦਗੀ ਦੇ ਵਿੱਚ, ਅਤੇ ਸਰਕਾਰ ਕੋਲੋਂ ਹੀ ਕਹੀ ਜਾਂਦੀ ਹੈ ਵੀ ਖਤਰਾ ਹੈ। ਜੇ ਇਹਨਾਂ ਤੋਂ ਖਤਰਾ ਹੁੰਦਾ ਤਾਂ MP ਕਿਵੇਂ ਬਣ ਗਏ? ਇਹ ਲੋਕ ਤਾਂ ਉਹਨਾਂ ਨੂੰ ਪਿਆਰ ਕਰਦੇ ਆ, ਉਹਨਾਂ ਨੂੰ ਚਾਹੁੰਦੇ ਆ, ਇਹ ਕਹਿੰਦੇ ਆ ਖਤਰਾ। ਤੁਸੀਂ ਦੱਸ ਦਿਓ ਮੈਨੂੰ ਬਈ ਅੰਮ੍ਰਿਤਪਾਲ ਕੋਲ ਕੋਈ ਆਮ ਐਮੂਨੇਸ਼ਨ, ਕੋਈ ਐਸੀ ਚੀਜ਼ ਬਰਾਮਦ ਹੋਈ? ਜਦੋਂ ਅਮੈਰੀਕਾ ਵਾਲਿਆਂ ਨੇ ਇਹਨਾਂ ਨੂੰ ਕਿਹਾ, ਇੰਡੀਆ ਵਾਲਿਆਂ ਨੇ ਕਿਹਾ ਬਈ, ਉਹਨਾਂ ਨੇ ਜਦੋਂ ਸਿਫਾਰਿਸ਼ ਕੀਤੀ ਅੰਮ੍ਰਿਤਪਾਲ ਦੀ, ਇਹਨਾਂ ਨੇ ਫੋਟੋਆਂ ਭੇਜਤੀਆਂ, ਆਲੇ ਦੁਆਲੇ ਵੈਪਨਸ ਵਾਲੇ ਬੰਦੇ ਖੜ੍ਹੇ ਆ ਸਾਰੇ। ਉੱਥੋਂ ਸਾਡੇ ਵਕੀਲ ਨੇ ਕਿਹਾ ਵੀ ਇੰਡੀਆ ਅਮੈਰੀਕਨ ਅੰਬੈਸੀ ਨੂੰ, ਜੀ ਉਸ ਤੋਂ ਇੰਡੀਆ ਨੂੰ ਕਹੋ ਵੀ ਜਿੰਨੇ ਇਹਦੇ ਕੋਲ ਇਲੀਗਲ, ਜਿੰਨੇ ਇਹਦੇ ਉੱਤੇ ਇਲੀਗਲ ਵੈਪਨ ਦੇ ਪਰਚੇ ਆ ਨਾ, ਕੇਸਿਸ ਰਜਿਸਟਰ ਹੋਏ ਆ, ਸਾਰਿਆਂ ਦੀਆਂ ਕਾਪੀਆਂ ਭੇਜੋ, ਕੇਸ ਇੱਕ ਵੀ ਨਹੀਂ। ਕਿਉਂਕਿ ਜਿਹੜੇ ਵੈਪਨ ਹੈ ਸਾਰੇ ਲਾਇਸੈਂਸੀ ਹੈ, ਚਾਹੇ ਮੈਂ 500 ਬੰਦਾ ਰੱਖ ਲਵਾਂ, ਜਿਹਦੇ ਲਾਇਸੈਂਸੀ ਵੈਪਨ ਦਾ ਮੈਂ 500 ਬੰਦਾ ਰੱਖ ਲਵਾਂ, ਜਦੋਂ ਸਰਕਾਰ ਨੇ ਉਹਨਾਂ ਨੂੰ ਮਨਜ਼ੂਰੀ ਦਿੱਤੀ ਹੈ ਵੈਪਨ ਰੱਖਣ ਦੀ, ਤਾਂ ਇਹਦੇ 'ਚ ਹਰਜ ਕੀ ਹੈ? ਜਾਂ ਤਾਂ ਤੁਸੀਂ ਕਹੋ ਜੀ ਗੈਰ ਕਾਨੂੰਨੀ ਹੈ, ਲਾਇਸੈਂਸ ਨਹੀਂ ਹੈ ਇਹਨਾਂ ਕੋਲ। ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜੋ ਮੈਂਬਰ ਹੈ ਪਾਰਲੀਮੈਂਟ ਖਡੂਰ ਸਾਹਿਬ ਤੋਂ, ਉਹਨਾਂ ਦੇ ਪਿਤਾ ਜੀ ਸਤਿੰਦਰ ਸਿੰਘ, ਅਤੇ ਇਹ ਸਾਡਾ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਕਰਨ ਦਾ ਇਹ ਮੇਨ ਮੁੱਦਾ ਹੈ ਕਿ ਜੋ ਸਿੱਖ ਪੰਥ ਦੇ ਸਾਹਮਣੇ ਬੜੀਆਂ ਵੱਡੀਆਂ ਸਮੱਸਿਆਵਾਂ ਵਾ, ਉਹਨਾਂ ਵਾਸਤੇ ਅਸੀਂ ਇਹ ਜੋ ਬਾਬਾ ਬਕਾਲਾ ਸਾਹਿਬ ਵਿੱਚ ਇੱਕ ਬਹੁਤ ਵੱਡਾ ਗੁਰੂ ਤੇਗ ਬਹਾਦਰ ਦੀ ਯਾਦ 'ਚ ਮੇਲਾ ਮਨਾਇਆ ਜਾਂਦਾ, ਉਹਦੇ 'ਤੇ ਅਸੀਂ ਇੱਕ ਪੰਥਕ ਕਤਰਤਾ ਕਰਕੇ ਜਿੰਨੇ ਵੀ ਸਿੱਖ ਮਸਲੇ ਆ ਉਹਨਾਂ ਨੂੰ ਸਾਂਝੇ ਤੌਰ 'ਤੇ ਪੰਥਕ ਇਕੱਠ 'ਚ ਵਿਚਾਰਨ ਦਾ ਸਾਡਾ ਜਿਹੜਾ ਪ੍ਰੋਗਰਾਮ ਆ, ਉਹਦੇ ਵਾਸਤੇ ਅਸੀਂ 19 ਤਰੀਕ ਨੂੰ ਇੱਕ ਵੱਡਾ ਇਕੱਠ ਰੱਖਿਆ। ਉਹਦੇ 'ਚ ਅਸੀਂ ਸੰਗਤਾਂ ਨੂੰ ਪੁਰਜ਼ੋਰ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਪਹੁੰਚਣ ਦੀ ਕੋਸ਼ਿਸ਼ ਕਰਨ, ਅਤੇ ਦੂਸਰਾ ਉਹਦੇ 'ਚ ਇੱਕ ਅਸੀਂ ਇਹ ਮੁੱਦਾ ਵਿਚਾਰਿਆ ਜਾਊਗਾ ਕਿ ਸ਼੍ਰੋਮਣੀ ਕਮੇਟੀ ਜਿਹੜੀ ਸਿੱਖਾਂ ਦੀ ਇੱਕ ਸਰਮੌਰ ਸੰਸਥਾ ਵਾ, ਅਤੇ ਉਹਦੀਆਂ ਪਿਛਲੇ ਲੰਬੇ ਸਮੇਂ ਤੋਂ ਚੋਣਾਂ ਨਹੀਂ ਹੋਈਆਂ, ਉਹ ਉਹਦੇ ਕਈ ਕਾਰਨ ਹੋ ਸਕਦੇ ਆ, ਪਰ ਹੁਣ ਜੋ ਗੁਰਦੁਆਰਾ ਚੋਣ ਕਮਿਸ਼ਨ ਨੇ ਵੋਟਾਂ ਬਣਾਉਣ ਦੀ ਪ੍ਰਕਿਰਿਆ ਆਰੰਭੀ ਸੀ, ਉਹ ਕਾਫੀ ਲੰਬੇ ਟਾਈਮੇ ਤੋਂ ਉਹਨੂੰ ਐਕਸਟੈਂਸ਼ਨ 'ਚ ਵੀ ਵਧਾਇਆ ਵੀ ਗਿਆ, ਪਰ ਫਿਰ ਵੀ ਪਤਾ ਨਹੀਂ ਸਿੱਖ ਸੰਗਤਾਂ 'ਚ ਬਹੁਤ ਉਹਦੇ ਵਾਸਤੇ ਰੁਚੀ ਘੱਟ ਆ, ਅਤੇ ਇਸ ਕਰਕੇ ਉਹਦੇ ਅਜੇ ਤੱਕ ਮੇਰਾ ਖਿਆਲ ਹੈ ਕਿ ਜੋ ਪਿਛਲੀ ਇਲੈਕਸ਼ਨ 2011 'ਚ ਹੋਈ ਆ ਉਹਦੇ ਮੁਕਾਬਲੇ 'ਤੇ 50% ਵੀ ਵੋਟਾਂ ਨਹੀਂ ਮਿਲੀਆਂ। ਅਤੇ ਅਸੀਂ ਇਸ ਜੋ ਗੁਰਦੁਆਰਾ ਕਮਿਸ਼ਨ ਦੇ ਜਿਹੜੇ ਹੈੱਡ ਆ ਸਰੋਂ ਸਾਹਿਬ, ਉਹਨਾਂ ਨੂੰ ਸਾਡਾ ਵਫ਼ਦ ਮਿਲਿਆ ਸੀ ਸਰਬਜੀਤ ਵੱਲੋਂ ਸਾਡੇ ਵੱਲੋਂ ਕਿ ਇਹਨਾਂ ਦੀ ਡੇਟ ਹੋਰ ਵਧਾਈ ਜਾਣੀ ਚਾਹੀਦੀ ਹੈ ਕਿ ਵੋਟਾਂ ਜਿਹੜੀਆਂ ਸਾਰੇ ਲੋਕ ਬਣਾ ਸਕਣ, ਅਤੇ ਜਿਹੜਾ ਆਉਣ ਵਾਲੇ ਸਮੇਂ 'ਚ ਇਲੈਕਸ਼ਨ ਹੁੰਦੀ ਹੈ ਤਾਂ ਸਾਰੇ ਆਪਣਾ ਅਤੇ ਉਹਦੇ 'ਚ ਹਿੱਸਾ ਪਾ ਸਕਣ, ਇਹ ਸਾਡਾ ਮੁੱਖ ਮੁੱਦਾ ਸੀ। ਦੂਸਰਾ ਜਿਹੜਾ ਸਰਮੌਰ ਇਹ ਜਿਹੜੀ ਹੈ ਇਹਦੇ 'ਚ ਅਸੀਂ ਸ਼੍ਰੋਮਣੀ ਕਮੇਟੀ 'ਚ ਇਸ ਕਰਕੇ ਅਸੀਂ ਸਾਰੇ ਜਣੇ ਸੰਗਤਾਂ ਨੂੰ ਵੀ ਕਹਿ ਰਹੇ ਕਿ ਤੁਸੀਂ ਵੱਧ ਤੋਂ ਵੱਧ ਭਾਗ ਲਓ, ਕਿ ਸੰਗਤਾਂ ਇਹ ਜਿਹੜਾ ਸਿੱਖ ਸੰਗਤਾਂ ਸੰਸਥਾਵਾਂ 'ਚ ਬਹੁਤ ਵੱਡਾ ਨਿਗਾਰ ਆ ਚੁੱਕਾ ਵਾ,
ਅਤੇ ਇਹਨਾਂ ਦੀ ਜਿਹੜੀ ਆ ਵਿਸ਼ਵਾਸ ਯੋਗਤਾ ਬਹੁਤ ਨੀਵੇਂ ਪੱਧਰ 'ਤੇ ਚਲੀ ਗਈ, ਕੋਈ ਵੀ ਵਿਸ਼ਵਾਸ ਕਰਨ ਵਾਸਤੇ ਤਿਆਰ ਨਹੀਂ। ਇਸ ਕਰਕੇ ਆਪਾਂ ਸਾਰੇ ਜਣੇ ਦੁਬਾਰਾ ਇਹ 'ਚ ਆਪੋ ਆਪਣਾ ਹਿੱਸਾ ਪਾ ਕੇ ਅਤੇ ਇਹ ਸੰਸਥਾ ਦਾ ਜਿਹੜਾ ਵਿਕਾਰ ਆ, ਜਿੱਦਾਂ ਜਿਹਨਾਂ ਮਕਸਦ ਵਾਸਤੇ ਇਹ ਸੰਸਥਾਵਾਂ ਹੋਂਦ 'ਚ ਆਈਆਂ ਸੀ, ਉਹਦੇ ਵਾਸਤੇ ਅਸੀਂ ਦੁਬਾਰਾ ਇਹ ਤੋਂ ਉਸ ਮੁਕਾਮ 'ਤੇ ਇਹਨਾਂ ਨੂੰ ਪਹੁੰਚਾ ਸਕੀਏ। ਦੂਸਰਾ ਜਿਹੜੇ ਸਾਡੇ ਸਾਹਮਣੇ ਜਿਹੜਾ ਕਿ ਘੱਟ ਗਿਣਤੀਆਂ ਦੇ ਉੱਪਰ ਜਿਹੜਾ ਸਰਕਾਰ ਵੱਲੋਂ ਇਹ ਜਿਹੜਾ ਅਤਿਆਚਾਰ ਹੋ ਰਿਹਾ, ਉਹਨੂੰ ਰੋਕਣ ਵਾਸਤੇ ਵੀ ਆਪਾਂ ਸਾਰੇ ਜਣੇ ਰਲ ਕੇ ਅਤੇ ਪੰਥਕ ਇਕੱਤਰਤਾ ਦਾ ਸਾਡਾ ਇਹ ਮਕਸਦ ਹੈ ਕਿ ਅਸੀਂ ਉਹਦੇ 'ਚ ਵੀ ਸਾਰੇ ਜਣੇ ਸਾਰਿਆਂ ਦੀ ਰਾਇ ਲੈ ਕੇ ਆਉਣ ਵਾਲੇ ਸਮੇਂ ਦੀ ਸਾਨੂੰ ਕੀ ਰਣਨੀਤੀ ਅਪਣਾਉਣੀ ਚਾਹੀਦੀ ਆ, ਸਾਰੀ ਸਿੱਖ ਸੰਗਤ ਨੂੰ ਸਾਰੇ ਪੰਥ ਨੂੰ ਅਸੀਂ ਇਕੱਠਾ ਕਰਨਾ ਚਾਹੁੰਦੇ ਹਾਂ। ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਸਾਰੇ ਜਿਹੜੇ ਮਸਲੇ ਸਾਡੇ ਬਹੁਤ ਵੱਡੇ ਆ, ਅਤੇ ਇਸ ਕਰਕੇ ਅਸੀਂ ਸਾਰੀਆਂ ਧਿਰਾਂ ਮਿਲ ਕੇ ਇਹ ਨਿੱਜਵਾਦ ਤੋਂ ਉੱਪਰ ਉੱਠ ਕੇ ਪੰਥਕ ਕਾਰਜ ਲਈ ਸਾਰੇ ਜਣੇ ਇਕੱਠੇ ਹੋਈਏ, ਤਾਂ ਹੀ ਸਾਡੇ ਅਸੀਂ ਉਹਨਾਂ 'ਚ ਸਫਲਤਾ ਪ੍ਰਾਪਤ ਕਰ ਸਕਦੇ ਹਾਂ। ਜਿਸ ਤਰ੍ਹਾਂ ਤੁਹਾਡੇ ਸਾਹਮਣੇ ਕਿ ਇੱਕ ਕਸ਼ਮੀਰ ਤੋਂ ਜਿੱਤੇ ਹੋਏ ਐਮ ਪੀ ਆ, ਇੱਕ ਅੰਮ੍ਰਿਤਪਾਲ ਸਿੰਘ ਜੀ ਖਡੂਰ ਸਾਹਿਬ ਤੋਂ ਬਹੁਤ ਵੱਡੇ ਮਾਰਜਨ ਨਾਲ ਜਿੱਤੇ ਹੋਏ ਆ, ਉਹਨਾਂ ਨੂੰ ਵੀ ਬਿਨਾਂ ਵਜ੍ਹਾ ਜੋ ਲੋਕਤੰਤਰ ਦੀ ਦਿਹਾਈ ਦੇਣ ਵਾਲੇ, ਲੋਕ ਨੂੰ ਲੋਕਾਂ ਨੂੰ ਕਾਨੂੰਨ ਦਾ ਪਾਠ ਪੜ੍ਹਾਉਣ ਵਾਲੇ ਖੁਦ ਹੀ ਕਾਨੂੰਨ ਦੀਆਂ ਧੱਗੀਆਂ ਅਡਾਉਂਦੇ ਆ, ਅਤੇ ਉਹਨਾਂ ਨੂੰ ਬਿਨਾਂ ਵਜ੍ਹਾ ਅੰਦਰ ਰੱਖਿਆ ਹੋਇਆ ਕਿ ਜੋ ਇੰਨੇ ਵੱਡੇ ਲੋਕਾਂ ਦੀ ਜਿਹੜੀ ਨੁਮਾਇੰਦਗੀ ਆ, ਉਹਨਾਂ ਦੀ ਜਿਹੜੀ ਪੁਰਜ਼ੋਰ ਆਵਾਜ਼ ਆ ਕਿ ਉਹਨਾਂ ਨੂੰ ਛੇਤੀ ਛੇਤੀ ਰਿਹਾਅ ਕੀਤਾ ਜਾਣਾ ਚਾਹੀਦਾ, ਅਤੇ ਉਹਨਾਂ ਨੂੰ ਜਿਹੜੇ ਉਹਨਾਂ ਦੇ ਸਾਥੀਆਂ ਨੂੰ ਅਤੇ ਬੰਦੀ ਸਿੰਘਾਂ ਨੂੰ ਸਰ ਤੁਰੰਤ ਰਿਹਾਅ ਕਰਨ ਵਾਸਤੇ ਜੋ ਅਸੀਂ ਇਹ ਜਿਹੜਾ ਪ੍ਰੋਗਰਾਮ ਆ ਉਹ ਸਾਡੀ ਅਸੀਂ ਰੂਪ ਰੇਖਾ ਉਹਦੇ ਵਾਸਤੇ ਤਿਆਰ ਕਰ ਰਹੇ ਹਾਂ ਵੀ ਉਹ ਪੰਥਾ ਘੱਟ 'ਚ ਕੋਈ ਇਹੋ ਜਿਹੇ ਫੈਸਲੇ ਲਏ ਜਾਣ। ਹੋਰ ਜਿਹੜੀ ਇਹ ਜਿਹੜੇ ਸਾਡੇ ਘੱਟ ਗਿਣਤੀਆਂ ਦੇ ਹੋ ਗਏ, ਬਾਕੀ ਸਿੱਖਾਂ ਨਾਲ ਸੰਬੰਧਿਤ ਮਸਲਿਆਂ ਨੂੰ ਬੇਅਦਬੀ ਮਸਲੇ ਆ ਜਿਹੜੇ ਸਾਡੇ ਦੇ, ਮੇਰਾ ਖਿਆਲ ਕਿ ਦਿਨ ਬੇ ਦਿਨ ਇਹ ਤਸ਼ੱਦਦ ਹੋਰ ਵੱਧਦਾ ਜਾ ਰਿਹਾ। ਕੁਛ ਇਹ ਜਿਹੜੇ ਕਿ ਮੌਜੂਦਾ ਸਰਕਾਰ ਆ ਉਹ ਜਿਹੜੇ ਕਿ ਉਹਨਾਂ ਦੇ ਕੁਛ ਮੰਤਰੀ ਜਿਹੜੇ ਆ ਇਹ ਸਾਡੇ ਜਿਹੜਾ ਜਿਨ੍ਹਾਂ ਨੇ ਵੋਟਾਂ ਪਾਈਆਂ ਜਾਂ ਜਿਨ੍ਹਾਂ ਸਾਨੂੰ ਸਪੋਰਟ ਕੀਤੀ ਉਹਨਾਂ ਨੂੰ ਧਮਕਾਇਆ ਜਾ ਰਿਹਾ, ਉਹਨਾਂ ਦੇ ਨਜਾਇਜ਼ ਪਰਤੇ ਕੀਤੇ ਜਾ ਰਹੇ ਆ। ਉਹਨਾਂ 'ਚ ਜਿੱਦਾਂ ਇਹ ਭੁੱਲਰ ਸਾਹਿਬ ਆ ਤਰਨ ਪੱਟੀ ਤੋਂ, ਉਹਨਾਂ ਵੱਲੋਂ ਬਹੁਤ ਲੋਕਾਂ ਨੂੰ ਤੰਗ ਕੀਤਾ ਜਾ ਰਿਹਾ। ਇੱਕ ਈ ਡੀ ਓ ਸਾਹਿਬ ਆ, ਕੁਛ ਇੱਦਾਂ ਦੇ ਹੋਰ ਵੀ ਆ ਜਿਹੜੇ ਕਿ ਉਹ ਇਸ ਚੀਜ਼ ਨੂੰ ਬਹੁਤ ਲੋਕਾਂ 'ਤੇ ਬਹੁਤ ਕਈਆਂ 'ਤੇ ਝੂਠੇ ਪਰਚੇ ਦਰਜ ਵੀ ਕਰ ਦਿੱਤੇ ਜਾ ਰਹੇ, ਕਈਆਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ। ਇਹਦਾ ਵੀ ਅਸੀਂ ਪੁਰਜ਼ੋਰ ਵਿਰੋਧ ਕਰਦੇ ਹਾਂ, ਅਤੇ ਉਹਨਾਂ ਨੂੰ ਇੱਕ ਚੇਤਾਵਨੀ ਵੀ ਦੇਣੀ ਚਾਹੁੰਦੇ ਹਾਂ ਕਿ ਜੇ ਉਹ ਇਹੋ ਜਿਹੇ ਕੰਮਾਂ ਤੋਂ ਬਾਜ਼ ਨਹੀਂ ਆਉਂਦੇ ਤਾਂ ਅਸੀਂ ਕੋਈ ਫਿਰ ਵੱਡਾ ਉਹਨਾਂ ਦੇ ਖਿਲਾਫ਼ ਵੀ ਕੋਈ ਵੱਡਾ ਸੰਘਰਸ਼ ਕਰਾਂਗੇ। ਤਾਂ ਅਸੀਂ ਸਰਕਾਰ ਜੋ ਪੰਜਾਬ 'ਚ ਲਾ ਐਂਡ ਆਰਡਰ ਦੀ ਸਥਿਤੀ ਆ ਉਹ ਵੀ ਬੜੀ ਬੁਰੇ ਹਾਲਾਤਾਂ 'ਚ ਪਹੁੰਚੀ ਹੋਈ ਆ। ਰੋਜ਼ ਹੀ ਪਤਾ ਨਹੀਂ ਕਤਲ ਹੋ ਰਹੇ ਆ, ਦੂਸਰਾ ਨਸ਼ਿਆਂ ਦਾ ਦੌਰ ਇਹਦੇ ਵੱਡੇ ਪੱਧਰ 'ਤੇ ਵੱਧ ਗਿਆ ਕਿ ਪਤਾ ਨਹੀਂ ਕਿੰਨੇ ਨੌਜਵਾਨ ਰੋਜ਼ ਆਪਣੀਆਂ ਜਾਨਾਂ ਗੁਆ ਰਹੇ ਆ। ਅਤੇ ਇਹ ਜਿਹੜਾ ਕਿ ਇਹਦੇ ਵਾਸਤੇ ਸਰਕਾਰ ਮੇਰਾ ਖਿਆਲ ਕੋਈ ਧਿਆਨ ਨਹੀਂ ਦੇ ਰਹੀ, ਅਤੇ ਨਾ ਹੀ ਉਹਦੇ ਕੋਈ ਐਕਸ਼ਨ ਹੋਰ ਦਿਖਦਾ ਹੋ ਰਿਹਾ ਕਿ ਦਿਨੋਂ ਦਿਨ ਨਸ਼ਾ ਵੱਧ ਰਿਹਾ, ਅਤੇ ਇੱਕ ਭ੍ਰਿਸ਼ਟਾਚਾਰੀ ਜਾਂ ਇਹੋ ਜਿਹਾ ਇਹ ਚੀਜ਼ਾਂ ਵੀ ਅੱਗੇ ਨਾਲੋਂ ਵੱਧਦੀਆਂ ਜਾ ਰਹੀਆਂ। ਅਤੇ ਸਰਕਾਰ ਦਾ ਲੋਕਾਂ ਨੂੰ ਬਹੁਤ ਵੱਡੀਆਂ ਵੱਡੀਆਂ ਫਰੌਤੀਆਂ ਦੇ ਫੋਨ ਆ ਰਹੇ ਆ, ਲੋਕ ਬੜੇ ਪਰੇਸ਼ਾਨ ਆ। ਇਹ ਇਸ ਚੀਜ਼ ਦਾ ਮੇਰਾ ਖਿਆਲ ਹੈ ਕਿ ਸਰਕਾਰ ਨੂੰ ਇਹਨੇ ਪ੍ਰਸ਼ਾਸਨ ਨੂੰ ਪੁਲਿਸ ਨੂੰ ਵੀ ਅਸੀਂ ਇੱਕ ਬੇਨਤੀ ਵੀ ਕਰਨੀ ਚਾਹੁੰਦੇ ਹਾਂ ਅਤੇ ਕਈ ਚੀਜ਼ ਚਾਹੁੰਦੇ ਕਿ ਤੁਸੀਂ ਆਪਣਾ ਕੰਮ ਨਿਰਪੱਖ ਹੋ ਕੇ ਝੂਠੇ ਜਿਹੜੇ ਪਰਚੇ ਦਰਜ ਕਰਨ ਨਾਲੋਂ ਦੂਜੇ ਚੀਜ਼ ਕੰਮ ਕਰਨ ਨਾਲੋਂ ਨਿਰਪੱਖ ਹੋ ਕੇ ਜਿਹੜਾ ਤੁਹਾਡੀ ਡਿਊਟੀ ਆ ਨਸ਼ਿਆਂ ਦੇ ਖਿਲਾਫ਼ ਆ, ਭ੍ਰਿਸ਼ਟਾਚਾਰ ਦੇ ਖਿਲਾਫ਼ ਆ, ਲਾਅ ਐਂਡ ਆਰਡਰ ਨੂੰ ਮੇਨਟੇਨ ਬਰਾਬਰ ਰੱਖਣਾ, ਉਹਦੇ ਵਾਸਤੇ ਤੁਹਾਨੂੰ ਕੰਮ ਕਰਨਾ ਚਾਹੀਦਾ।
ਜੀ ਈਟੀਓ ਸਾਹਿਬ ਬਿਜਲੀ ਮੰਤਰੀ ਇਹ ਜੀ ਪਿੰਡਾਂ 'ਚ ਜਾ ਕੇ ਜਿਹੜੇ ਜਹਾਂ ਨੇ ਸਪੋਰਟ ਰਿਹਾ ਉਹਨਾਂ ਨੂੰ ਕਹਿ ਰਹੇ ਕਿ ਤੁਸੀਂ ਅੰਮ੍ਰਿਤਪਾਲ ਵੋਟਾਂ ਪਾਈਆਂ ਇਸ ਕਰਕੇ ਤੁਹਾਡੇ 'ਤੇ ਪਰਚੇ ਦਰਜ ਕੀਤੇ ਜਾਣਗੇ ਜਾਂ ਤੁਸੀਂ ਕਹੀਏ ਝੂਠੇ ਕਿਸਾਨ ਕਈਆਂ ਬੰਦਿਆਂ ਨੂੰ ਵਸਾਇਆ ਵੀ ਹੈ ਅਤੇ ਉਹਨਾਂ ਨੂੰ ਕਦੀ ਜਵਾਬ ਤਲਬੀ ਜੀ ਤੁਸੀਂ ਕੋਈ ਕਿਤੇ ਬੁਲਾਇਆ ਜਾ ਰਿਹਾ ਕਦੀ ਕਿਤੇ ਬੁਲਾਇਆ ਜਾ ਰਿਹਾ ਸਾਡੇ ਵੀ ਉੱਥੇ ਵੀ ਐਵੇਂ ਹੀ ਹੈ ਫਰੀਦਕੋਟ ਦੇ ਵਿੱਚ ਵੀ ਜਿਹੜੇ ਕੰਮ ਨਹੀਂ ਮਿਲਦਾ ਮਨਰੇਗਾ ਦਾ ਜਿਨ੍ਹਾਂ ਨੇ ਸਾਨੂੰ ਕੋਈ ਨਹੀਂ ਸਰਬਜੀਤ ਸਿੰਘ ਐਮ ਪੀ ਫਰੀਦਕੋਟ ਜੀ ਅਤੇ ਉਹ ਉੱਥੇ ਵੀ ਐਵੇਂ ਹੀ ਹੈ ਬਿਲਕੁਲ ਸੇਮ ਤੰਗ ਕਰਦੇ ਹੈ ਕੰਮ ਨਹੀਂ ਦਿੰਦੇ ਮਨਰੇਗਾ ਵਾਲਿਆਂ ਨੂੰ ਹਰੇਕ ਪਾਸੇ ਮਤਲਬ ਧੱਕਾ ਸਰਕਾਰ ਆਪਣੀਆਂ ਕਮੀਆਂ ਨੂੰ ਦੂਰ ਕਰਨ ਦੀ ਬਜਾਏ ਲੋਕਾਂ 'ਤੇ ਗੁੱਸਾ ਕੱਢਦੀ ਹੈ ਵੀ ਸਾਨੂੰ ਵੋਟਾਂ ਨਹੀਂ ਪਾਈਆਂ ਜਦੋਂ ਮਤਲਬ 92 ਸੀਟਾਂ ਲੋਕਾਂ ਨੇ ਦਿੱਤੀਆਂ ਹੀ ਸੀ ਨਾ ਜੇ ਇਹਨਾਂ ਦੀ ਮਾੜੀ ਕਾਰਗੁਜ਼ਾਰੀ ਹੈ ਤਾਂ ਹੀ ਲੋਕ ਪਿੱਛੇ ਹਟੇ ਹੈ ਉਹ ਆਪਣੀਆਂ ਕਮੀਆਂ ਦੂਰ ਕਰਨ ਦੀ ਬਜਾਏ ਇਹ ਲੋਕਾਂ ਨੂੰ ਕਹਿੰਦੇ ਆ ਵੀ ਤੁਸੀਂ ਸਾਨੂੰ ਵੋਟਾਂ ਨਹੀਂ ਪਾਈਆਂ ਹਾਂਜੀ ਜਿਵੇਂ ਜਿਹੜੇ ਗਰੁੱਪ ਨੇ ਸਾਨੂੰ ਵੋਟ ਪਾ ਦਿੱਤੀ ਜਿਵੇਂ ਪਿੰਡ 'ਚੋਂ ਉਹ ਪਿੰਡ ਵਾਲਿਆਂ ਨੂੰ ਨਰੇਗਾ ਦਾ ਵਰਕਸ਼ੀਟ ਹੀ ਨਹੀਂ ਕੱਢਦੇ ਉਹਨਾਂ ਲਈ ਕਹਿੰਦੇ ਕੰਮ ਹੀ ਨਹੀਂ ਆਇਆ ਹੋਰਾਂ ਨੂੰ ਕੰਮ ਦੇਈ ਜਾਣਗੇ ਨਵੇਂ ਬੰਦਿਆਂ ਨੂੰ ਨਹੀਂ ਮਸਲੇ 'ਚ ਮਸਲਾ ਤਾਂ ਕੋਈ ਵੀ ਹੋ ਸਕਦਾ ਪਰ ਕਿਸੇ ਨੂੰ ਜਾਨੋਂ ਮਾਰ ਦੇਣਾ ਜਾਂ ਕੋਈ ਇਹੋ ਜਿਹੀ ਚੀਜ਼ ਹੈ ਕਿ ਇਹ ਚੀਜ਼ ਹੈ ਕਿ ਇਹ ਤਾਂ ਲਾਅ ਐਂਡ ਆਰਡਰ ਦਾ ਮਸਲਾ ਨਾ ਜੀ ਅਤੇ ਉਹ ਤੋਂ ਬਾਅਦ 'ਚ ਕਹਿੰਦੇ ਕਿ ਜਦੋਂ ਉਹਨਾਂ ਨੂੰ ਵੱਢ ਵੀ ਦਿੱਤਾ ਗਿਆ ਉਦੋਂ ਉਹ ਹੋਸਪਿਟਲ 'ਚ ਵੀ ਗਏ ਤਾਂ ਉੱਥੇ ਵੀ ਉਹਨਾਂ ਨੂੰ ਬਰਾਬਰ ਦੇਖਿਆ ਨਹੀਂ ਗਿਆ ਜਾਂ ਕੋਈ ਸਟਾਫ ਦੀ ਘਾਟ ਲਾ ਲਓ ਜਾਂ ਡਾਕਟਰਾਂ ਦੀ ਕੋਈ ਕਮੀ ਲਾ ਲਓ ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਜੀ ਨਹੀਂ ਇਹ ਚੀਜ਼ ਇਹ ਨਾ ਕਿ ਜਿਹੜੇ ਤਾਂ ਉਹਨਾਂ ਦੇ ਫੇਵਰ ਦੇ ਬੰਦੇ ਉਹ ਗਲਤ ਵੀ ਕਰਨ 'ਤੇ ਉਹਨਾਂ 'ਤੇ ਕੋਈ ਕਾਰਵਾਈ ਨਹੀਂ ਹੁੰਦੀ ਅਤੇ ਜਿਹੜੇ ਦੂਜੇ ਨਜਾਇਜ਼ ਬੰਦਿਆਂ ਨੂੰ ਤੁਸੀਂ ਕੋਈ ਚੰਗਾ ਕੰਮ ਵੀ ਕਰ ਰਹੇ ਤਾਂ ਉਹਨਾਂ 'ਤੇ ਤੁਸੀਂ ਨਜਾਇਜ਼ ਪਰਚੇ ਕਰ ਰਹੇ ਜੋ ਇਹ ਚੀਜ਼ਾਂ ਕੀਤੀਆਂ ਜਾ ਰਹੀਆਂ ਕਿ ਤੁਸੀਂ ਇਹ ਚੀਜ਼ ਕਿ ਅੰਮ੍ਰਿਤਪਾਲ ਨੂੰ ਵੋਟਾਂ ਕਿਉਂ ਪਾਈਆਂ ਜੇ ਕੋਈ ਹੁਣ ਮੰਤਰੀ ਆ ਅਤੇ ਸਾਰੇ ਉਹ ਏਰੀਏ ਦੇ ਜਾਂ ਸਾਰੇ ਪੰਜਾਬ ਦੇ ਆ ਅਤੇ ਜੇ ਕੋਈ ਉਹਨਾਂ ਕੋਲ ਕੰਮ ਲੈ ਕੇ ਜਾਂਦਾ ਤਾਂ ਉਹ ਕਹਿੰਦੇ ਜੇ ਤੁਸੀਂ ਅੰਮ੍ਰਿਤਪਾਲ ਕੋ ਜਾਓ ਫਲਾਨੇ ਕੋ ਜਾਓ ਇਹੋ ਜਿਹੀਆਂ ਗੱਲਾਂ ਮੇਰੇ ਖਿਆਲ ਹੈ ਕਿ ਇਹ ਸ਼ੋਭਾ ਨਹੀਂ ਦਿੰਦੀਆਂ ਉਹਨਾਂ ਨੂੰ ਆਪਣੀ ਡਿਊਟੀ ਦਾ ਅਹਿਸਾਸ ਹੋਣਾ ਚਾਹੀਦਾ ਅਤੇ ਉਹਨਾਂ ਨੂੰ ਅਸੀਂ ਇਹ ਵੀ ਕਹਿੰਦੇ ਹਾਂ ਕਿ ਤੁਸੀਂ ਇੱਦਾਂ ਦੇ ਹਰਕਤਾਂ ਨਾ ਕਰੋ ਵੀ ਇੱਦਾਂ ਦੀਆਂ ਕਰੋਗੇ ਤਾਂ ਫਿਰ ਸਾਨੂੰ ਇਹ ਬਾਹਰ ਨਿਕਲ ਕੇ ਤੁਹਾਡਾ ਫਿਰ ਪੁਰਜ਼ੋਰ ਵਿਰੋਧ ਕਰਨਾ ਪਊ ਹਾਂਜੀ ਨਹੀਂ ਸਟ੍ਰੈਟਜੀ ਤਾਂ ਜਿਹੜੀ ਹੈ ਕਿ ਲੰਬੇ ਟਾਈਮ ਸਮੇਂ ਤੋਂ ਚੋਣਾਂ ਨਹੀਂ ਹੋਈਆਂ ਉਹ ਦੂਸਰਾ ਦੁਬਾਰਾ ਅਸੀਂ ਚਾਹੁੰਦੇ ਹਾਂ ਕਿ ਉਹਦੇ 'ਚ ਜਿੰਨੀ ਵੀ ਜਿਨ੍ਹਾਂ ਨੂੰ ਉਹਨਾਂ ਦਾ ਹੱਕ ਬਣਦਾ ਪਾਰਟੀਸਪੇਟ ਕਰਨ ਦਾ ਉਹ ਉਹਨਾਂ ਨੂੰ ਮੌਕਾ ਮਿਲਣਾ ਚਾਹੀਦਾ ਉਹਨਾਂ ਦੀ ਹਰੇਕ ਦੀ ਵੋਟ ਬਣਨੀ ਚਾਹੀਦੀ ਹੈ ਵੋਟ ਦਾ ਪ੍ਰੋਸੈਸ ਜਿਹੜਾ ਸੌਖਾ ਕੀਤਾ ਜਾਣਾ ਚਾਹੀਦਾ ਹਾਂਜੀ ਹਾਂਜੀ ਲੜੀਆਂ ਜਾਣਗੀਆਂ ਇਲੈਕਸ਼ਨ ਲੜਾਂਗੇ ਗਰੁੱਪ ਬਣਾ ਕੇ ਹੋਰ ਵੀ ਜਿਹੜੀਆਂ ਪੰਥਕ ਧਿਰਾਂ ਸਿਹਰ ਦੇ ਜਿਹੜੀਆਂ ਕੌਮ ਦੀ ਚੜ੍ਹਦੀ ਕਲਾ ਦੇ ਕੰਮ ਕਰਦੀਆਂ ਉਹਨਾਂ ਨੂੰ ਨਾਲ ਲੈ ਕੇ ਅਸੀਂ ਪੂਰੇ ਪੰਥ ਨੂੰ ਇਕੱਠਾ ਕਰਕੇ ਲੜਨ ਦੀ ਕੋਸ਼ਿਸ਼ ਕਰਾਂਗੇ
ਬਾਦਲ ਨੂੰ ਬੁਲਾਇਆ ਔਰ ਬੰਦ ਲਫਾਫਾ ਤੇ ਸਾਡਾ ਕੀ ਕਹਿਣਾ ਵਾ ਨਾਲ ਹਰਜਿੰਦਰ ਸਿੰਘ ਧਾਮੀ ਵੀ ਗਏ ਸਾਰੇ ਗਏ ਨਹੀਂ ਉਹਦੇ ਦੇ ਤਾਂ ਇਹੋ ਹੀ ਕਿ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਜਿਹੜੇ ਜਥੇਦਾਰ ਨੂੰ ਆਪਣੀ ਜਿਹੜੀ ਡਿਊਟੀ ਜਿਹੜੀ ਉਹਨਾਂ ਨੂੰ ਕੌਮ ਨੂੰ ਬਖਸ਼ੀ ਹੈ ਉਹਨੂੰ ਨਫ਼ਰਤਾ ਨਾਲ ਨਿਭਾਉਣਾ ਚਾਹੀਦਾ ਕਿ ਜੇ ਉਹ ਕੋਈ ਇਹੋ ਜਿਹਾ ਗਲਤ ਫੈਸਲਾ ਕਰਨਗੇ ਤਾਂ ਫਿਰ ਸੰਗਤਾਂ ਪ੍ਰਵਾਨ ਨਹੀਂ ਕਰਨੀ ਕਿਉਂਕਿ ਪਹਿਲਾਂ ਵੀ ਜਦੋਂ ਸੌਦਾ ਸਾਧ ਨੂੰ ਮਾਫ਼ੀ ਦਿੱਤੀ ਗਈ ਅਤੇ ਉਦੋਂ ਵੀ ਇਹਨਾਂ ਨੇ ਇਹ ਇਸ ਗਲਤ ਫੈਸਲਾ ਸੀ ਇਸ ਕਰਕੇ ਲੋਕਾਂ ਨੇ ਉਹਦਾ ਬਹੁਤ ਵਿਰੋਧ ਕੀਤਾ ਅਤੇ ਉਹ ਫੈਸਲੇ ਨੂੰ ਮੰਨਿਆ ਨਹੀਂ ਗਿਆ ਨਹੀਂ ਇਹ ਚੀਜ਼ ਹੈ ਕਿ ਅੰਮ੍ਰਿਤਪਾਲ ਦਾ ਅੰਮ੍ਰਿਤਪਾਲ ਅੱਜ ਦੀ ਜਿਹੜੀ ਤੁਹਾਡੇ ਸਾਹਮਣੇ ਐਮ ਪੀ ਵੀ ਆ ਅਤੇ ਉਹਨੂੰ ਕੱਲ੍ਹ ਨੂੰ ਅਸੀਂ ਕਹੀਏ ਕਿ ਦੂਜਿਆਂ ਨੂੰ ਐਮ ਪੀ ਕਿਉਂ ਨਹੀਂ ਤੁਸੀਂ ਕਹਿ ਰਹੇ ਇਹ ਚੀਜ਼ਾਂ ਕਿ ਮੇਰਾ ਖਿਆਲ ਹੈ ਕਿ ਇਹ ਚੀਜ਼ਾਂ ਬੇਲੋੜੇ ਸਵਾਲ ਹੈ ਅਸੀਂ ਸਾਰਿਆਂ ਦੇ ਵਾਸਤੇ ਹੀ ਸਿਰਦਿਆਂ ਉਹਨਾਂ ਦੀ ਰਿਹਾਈ ਲਈ ਉਹਨਾਂ ਨੇ ਇਹ ਪੰਜਾਬ ਦੇ ਨਸ਼ਿਆਂ ਤੋਂ ਬਚਾਉਣ ਵਾਸਤੇ ਸਾਰਿਆਂ ਨੇ ਕੰਮ ਕੀਤਾ ਇਸ ਕਰਕੇ ਸਾਰਿਆਂ ਨੂੰ ਕੀਤਾ ਜਾਣਾ ਓਬਵੀਅਸ ਹੈ ਨਾ ਜੇ ਅੰਮ੍ਰਿਤਪਾਲ ਬਾਹਰ ਆ ਗਿਆ ਤਾਂ ਉਹ ਵੀ ਆ ਗਏ ਉਹਦੇ ਬਾਰੇ ਵੀ ਜਿੱਦਾਂ ਜੀ ਜਿਹੜਾ ਕੋਈ ਬੰਦਾ ਗੱਲ ਕਰਦਾ ਹੈ ਕੋਈ ਆਪਣੀ ਕੌਮ ਦੀ ਉਹਨਾਂ ਦੇ ਪਰਿਵਾਰ ਨੂੰ ਟਾਰਗੇਟ ਕਰਨਾ ਜਾਂ ਉਹਨਾਂ ਨੂੰ ਇਸ ਰਸਤੇ ਤੋਂ ਜਿੱਦਾਂ ਅਸੀਂ ਅੱਗੇ ਹੁਣ ਉਹਨਾਂ ਦੇ ਖਿਲਾਫ਼ ਸਰਕਾਰ ਦੇ ਖਿਲਾਫ਼ ਲੜਾਈ ਲੜ ਰਹੇ ਹਾਂ ਸਾਨੂੰ ਕਿਸੇ ਤਰੀਕੇ ਨਾਲ ਉਹ ਆਪਣੇ ਘਰ ਬਦਨਾਮ ਕਰਨਾ ਚਾਹੁੰਦੇ ਹਾਂ ਕੋਸ਼ਿਸ਼ ਅਸੀਂ ਤਾਂ ਕਿਹਾ ਸੀ ਅਸੀਂ ਕਿਹਾ ਜੇ ਸਰਕਾਰ ਇੰਨੀ ਸੱਚੀ ਹੈ ਹਾਈ ਕੋਰਟ ਦੇ ਰਿਟਾਇਰਡ ਜੱਜ ਤੋਂ ਜਾਂਚ ਕਰਾ ਲਵੇ ਅਸੀਂ ਮੰਨ ਲਾਂਗੇ ਨਹੀਂ ਰਾਜ਼ੀ ਹੁੰਦੇ ਨਹੀਂ ਕਰਦੇ ਨਹੀਂ ਜੀ ਮੈਂ ਅਸੀਂ ਇੱਦਾਂ ਕਿੱਥੇ ਪਾਰਟੀਕੁਲਰ ਕਿਸੇ ਧੜਗੇ ਨਾਲ ਅਸੀਂ ਸੰਬੰਧ ਨਹੀਂ ਅਸੀਂ ਇਹ ਚਾਹੁੰਦੇ ਕਿ ਪੂਰਾ ਪੰਥ ਹੀ ਇਕੱਠਾ ਹੋਵੇ ਕੋਈ ਆਪਣੇ ਪੰਜਾਬ ਦੀ ਇੱਕ ਕੋਈ ਖੇਤਰੀ ਪਾਰਟੀ ਇਹੋ ਜਿਹੀ ਮਜ਼ਬੂਤ ਹੋਵੇ ਜਿਹੜੇ ਪੰਜਾਬ ਦੀ ਹੱਕਾਂ ਹਕੂਕਾਂ ਲਈ ਲੜ ਰਹੇ ਅਸੀਂ ਇੱਕ ਪਾਰਟੀਕਲੀ ਇੱਕ ਧੜੇ ਨਾਲ ਜਾਂ ਕਿਸੇ ਨੂੰ ਅਸੀਂ ਪ੍ਰਮੋਟ ਨਹੀਂ ਕਰਨਾ ਚਾਹੁੰਦੇ ਅਸੀਂ ਸਾਰੇ ਪੰਥ ਨੂੰ ਇਕੱਠਾ ਕਰਨਾ ਚਾਹੁੰਦੇ ਨਹੀਂ ਵੀਰਪੁਲ ਦਾ ਕੇਸ ਮੈਨੂੰ ਪੂਰੀ ਜਾਣਕਾਰੀ ਨਹੀਂ ਪਰ ਕਿਸੇ ਵੀ ਔਰਤ ਦੇ ਖਿਲਾਫ਼ ਭੱਦੀ ਸ਼ਬਦਾਵਲੀ ਕਰਨੀ ਜਾਂ ਉਹਦਾ ਵਿਰੋਧ ਕਰਨਾ ਵੱਖਰੀ ਗੱਲ ਆ ਪਰ ਕਿਸੇ ਨਾਲ ਕੋਈ ਗਲਤ ਸ਼ਬਦਾਵਲੀ 'ਚ ਕੋਈ ਗੱਲਬਾਤ ਕਰਨੀ ਉਹਦੇ ਅਸੀਂ ਸਮਰਥਨ ਨਹੀਂ ਕਰਦੇ ਅਸੀਂ ਉਹਦਾ ਵਿਰੋਧ ਕਰਦੇ ਇਹ ਤਾਂ ਜੀ ਅਸੀਂ ਅਜੇ ਇਸ ਲਈ ਕੋਈ ਫਾਈਨਲ ਫੈਸਲਾ ਨਹੀਂ ਗਾ ਅਸੀਂ ਸਾਰੇ ਜਣੇ ਨਹੀਂ ਇੱਦਾਂ ਦੀ ਕੋਈ ਗੱਲ ਨਹੀਂ ਹੋਊਗੀ ਇਹ ਜਿਹੜੀ ਜਿਹੜੇ ਜਿਹੜੇ ਲੋਕ ਸੰਗਤਾਂ ਨੂੰ ਪ੍ਰਵਾਨ ਹੋਣਗੇ ਉਹਨਾਂ ਨੂੰ ਹੀ ਅੱਗੇ ਲਿਆਂਦਾ ਜਾਊਗਾ ਇਹਦੇ 'ਚ ਕਿ ਜਿਹੜੀਆਂ ਨੈਸ਼ਨਲ ਪਾਰਟੀਆਂ ਨਾ ਉਹ ਪੰਜਾਬ ਦੇ ਹਿੱਤਾਂ ਦੇ ਹਮੇਸ਼ਾ ਖਿਲਾਫ਼ ਹੋ ਗਈਆਂ ਨੇ ਇਸ ਕਰਕੇ ਮੇਰਾ ਖਿਆਲ ਹੈ ਕਿ ਚਰਨਜੀਤ ਚੰਨੀ ਹੋਣਾ ਨੇ ਆਪਣੀ ਜਿਹੜੀ ਬਖੂਬੀ ਉਹਨਾਂ ਨੇ ਜ਼ਿੰਮੇਵਾਰੀ ਨਿਭਾਈ ਆ ਅਤੇ ਉਹਨਾਂ ਦੀ ਵੀ ਆਵਾਜ਼ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਜਿਹੜੇ ਪੰਜਾਬ ਦੇ ਹੱਕ ਦੀ ਕੋਈ ਜੋ ਵੀ ਕੋਈ ਪੰਜਾਬ ਦੀ ਜਾਂ ਸਿੱਖਾਂ ਦੀ ਕੋਈ ਮਸਲਿਆਂ ਦੀ ਗੱਲ ਕਰੂਗਾ ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਊਗੀ ਨਹੀਂ ਕਾਂਗਰਸ ਨਾਲ ਤਾਂ ਸਾਡਾ ਗੱਠਜੋੜ ਨਹੀਂ ਹੋ ਸਕਦਾ ਬੀਜੇਪੀ ਨਾਲ ਹੋ ਸਕਦਾ
ਸਾਡਾ ਤਾਂ ਅਸੀਂ ਤਾਂ ਕਹਿੰਦੇ ਕਿ ਖੇਤਰੀ ਧਿਰਾਂ ਜਿਹੜੀਆਂ ਕਿ ਅਸੀਂ ਆਪਣੇ ਪੰਜਾਬ ਦੇ ਸਾਰੇ ਲੋਕਾਂ ਨੂੰ ਇਕੱਠੇ ਹੋ ਕੇ ਅਸੀਂ ਅੱਗੇ ਵੱਧ ਸਕਦੇ ਹਾਂ ਅਤੇ ਤਾਂ ਹੀ ਸਾਡਾ ਪੰਜਾਬ ਦੇ ਹੱਕ ਹਕੂਕਾਂ ਦੀ ਅਸੀਂ ਰਾਖੀ ਕਰ ਸਕਾਂਗੇ ਜੇ ਅਸੀਂ ਪੰਜਾਬ ਦੀ ਕੋਈ ਖੇਤਰੀ ਧਿਰ ਨੂੰ ਮਜ਼ਬੂਤ ਕਰੀਏ। ਨਹੀਂ ਪਾਰਟੀ ਅਜੇ ਮੇਰਾ ਖਿਆਲ ਪਾਰਟੀਆਂ ਤਾਂ ਬਹੁਤ ਆ, ਅਸੀਂ ਸੋਚਦੇ ਹਾਂ ਕਿ ਕੋਈ ਪੰਥ ਇਕੱਠਾ ਹੋ ਕੇ ਕੋਈ ਅਕਾਲ ਤਖਤ ਦੀ ਅਗਵਾਈ ਵਿੱਚ ਇਹ ਜਿਹੜੀ ਕਿ ਕੋਈ ਇੱਕ ਹੀ ਪਾਰਟੀ ਹੋਵੇ ਜਿਹਦੇ ਨਾਲ ਅਸੀਂ ਸਾਰੇ ਜਣੇ ਅੱਗੇ ਵੱਧ ਸਕੀਏ। ਨਹੀਂ ਇੱਕ ਧੜਾ ਤਾਂ ਬਣਾਉਣਾ ਹੀ ਪੈਣਾ ਹੈ ਨਾ, ਦਿਸਮੀਸ ਚਾਹੇ ਤੁਸੀਂ ਉਹਨੂੰ ਪਾਰਟੀ ਕਹਿ ਲਓ ਕੋਈ ਫਰੰਟ ਕਹਿ ਲਓ ਕੁਛ ਵੀ ਕਹਿ ਲਓ, ਇੱਕ ਧੜਾ ਤਾਂ ਬਣਾਉਣਾ ਹੀ ਪੈਣਾ ਹੈ ਨਾ, ਇੱਕ ਲੌਬੀ ਤਾਂ ਕ੍ਰੀਏਟ ਕਰਨੀ ਪੈਣੀ ਹੈ ਨਾ। ਅਸੀਂ ਜੀ ਪਹਿਲਾਂ ਪੰਜਾਬ ਦੇ ਹਿੱਤਾਂ ਦੀ ਗੱਲ ਕਰਾਂਗੇ, ਇਸ ਤੋਂ ਬਾਅਦ ਦੀਆਂ ਗੱਲਾਂ ਪੰਜਾਬ ਦੀ ਆਜ਼ਾਦੀ ਦੀਆਂ। ਓਬਵੀਅਸ ਹੈ ਜੀ ਲੜੇਗਾ, ਲੜੇਗਾ ਪੂਰੇ ਜ਼ੋਰ ਨਾਲ ਪਾਰਟੀਸਪੇਟ ਕਰਾਂਗੇ, ਕਿਉਂਕਿ ਐਸ ਐਸ ਪੀ ਜੀ ਜਿਹੜੀ ਸਾਡੇ ਧਾਰਮਿਕ ਸਥਾਨਾਂ ਦੀ ਜਿਹੜੀ ਅਗਵਾਈ ਕਰਦੀ ਆ, ਉਹਨਾਂ ਦਾ ਪ੍ਰਬੰਧ ਕਰਦੀ ਆ, ਉਹਦੇ ਜਿਹੜਾ ਨਿਗਾਰ ਆ ਚੁੱਕਾ ਉਹਦੇ 'ਚ ਅਸੀਂ ਸੋਚਦੇ ਹਾਂ ਕਿ ਸੱਚੇ ਸੁੱਚੇ ਜਿਹੜੇ ਸਬਰ ਸੰਤੋਖ ਵਾਲੇ ਲੋਕਾਂ ਨੂੰ ਉੱਥੇ ਲਿਆਂਦਾ ਜਾਣਾ ਚਾਹੀਦਾ ਕਿ ਜਿਹੜਾ ਉਹਨਾਂ ਦੀ ਸੰਸਥਾਵਾਂ ਦੀ ਜਿਹੜੀ ਵਿਸ਼ਵਾਸ ਯੋਗਤਾ ਦੁਬਾਰਾ ਬਹਾਲ ਕੀਤੀ ਜਾਵੇ। ਅਸੀਂ ਵੀ ਤਾਂ ਸੋਰੀ ਸੋਰੀ ਮਤਲਬ ਧੜਾ ਜਿਹੜਾ ਬਣਾਵਾਂਗੇ ਉਹਦੇ ਸਾਰਿਆਂ ਨੂੰ ਇਕੱਠਾ ਹੀ ਕਰਾਂਗੇ, ਤੁਸੀਂ ਅਸੀਂ ਦੋ ਜਣੇ ਥੋੜੀ ਰਹਿ ਕੇ ਸਾਰਾ ਕੁਝ ਕਰਾਂਗੇ, ਬੰਦਿਆਂ ਨੂੰ ਤਾਂ ਨਾਲ ਲੈਣਾ ਹੀ ਪੈਣਾ ਹੈ ਤਾਂ ਹੀ ਚੱਲਾਂਗੇ ਨਾ, ਦੋ ਜਣੇ ਤਾਂ ਕੁਛ ਨਹੀਂ ਕਰ ਸਕਦੇ। ਇਹ ਕਾਰਨ ਜੀ ਆਪਣੇ ਮੇਰੇ ਖਿਆਲ ਸਾਡਾ ਵੇਸਲਾ ਪਾਣਿਆ ਸਾਡੇ ਸਿੱਖ ਸੰਗਤਾਂ 'ਚ ਇਸ ਚੀਜ਼ ਦੇ ਵਾਸਤੇ ਕੋਈ ਨਹੀਂ। ਨਹੀਂ ਇਹ ਵੀ ਹੋ ਸਕਦਾ ਪਰ ਇਹ ਇੰਨਾ ਫਰਕ ਨਹੀਂ ਹੋ ਸਕਦਾ ਇਹ ਚੀਜ਼ ਕਿ ਮੇਰਾ ਖਿਆਲ ਹਾਂ ਇਹ ਵੀ ਹੋ ਸਕਦਾ ਪਰ ਅਸੀਂ ਸੋਚਦੇ ਹਾਂ ਕਿ ਹਾਂਜੀ ਉਹਦੇ 'ਚ ਜਿਹੜੀ ਇਹ ਪ੍ਰਕਿਰਿਆ ਨਾ ਜਿੱਦਾਂ ਉਹਨੇ ਫੋਟੋ ਲਾਉਣੀ ਆ ਜਾਂ ਆਧਾਰ ਕਾਰਡ ਦੀ ਕਾਪੀ ਲਾਉਣੀ ਆ ਉਹੋ ਜਿਹੀਆਂ ਚੀਜ਼ਾਂ ਕਿਸੇ ਵੇਲੇ ਮੌਕੇ 'ਤੇ ਅਵੇਲੇਬਲ ਨਹੀਂ ਹੁੰਦੀਆਂ ਅਤੇ ਲੋਕ ਵੀ ਇਹ ਚੀਜ਼ ਪੁੱਛਦੇ ਆ ਕਿ ਜਦੋਂ ਕੋਈ ਆਪਾਂ ਜਾਂਦੇ ਹਾਂ ਲੋਕਾਂ 'ਚ ਇੰਨੀ ਅਵੇਅਰਨੈਸ ਨਹੀਂ ਹੈਗੀ, ਉਹ ਕਹਿੰਦੇ ਕਿ ਸਾਨੂੰ ਵੋਟ ਬਣਾ ਕੇ ਤੱਕ ਪਾ ਕੇ ਕੀ ਫਾਇਦਾ ਹੋਊਗਾ, ਉਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜਾ ਇਹ ਜੋ ਸਾਡਾ ਸਮਾਜ ਦੀ ਵਿਗੜਦੀ ਹਾਲਾਤ ਆ ਉਹਦੇ 'ਚ ਇਸ ਸੰਸਥਾ ਦਾ ਬਹੁਤ ਵੱਡਾ ਇਹ ਸਮਝੋ ਉਹਦੀਆਂ ਕਮੀਆਂ ਦੀ ਵਜ੍ਹਾ ਨਾਲ ਜਿਹੜੇ ਸਾਡੇ ਨੌਜਵਾਨ ਨਸ਼ਿਆਂ 'ਚ ਚਲੇ ਗਏ ਆ, ਸਾਡੀਆਂ ਸਿੱਖਿਆ ਸੰਸਥਾਵਾਂ ਦਾ ਬੁਰਾ ਹਾਲ ਹੋ ਗਿਆ, ਇਹ ਸਾਰੀਆਂ ਚੀਜ਼ਾਂ 'ਤੇ ਮੇਰੇ ਖਿਆਲ ਕਿ ਉਹਨਾਂ ਦੇ ਨਹੀਂ ਅਸੀਂ ਤਾਂ ਚੋਣ ਕਮਿਸ਼ਨ ਦਾ ਵੀ ਇਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਅਤੇ ਉਹਨਾਂ ਨੂੰ ਕਹਿੰਦੇ ਹਾਂ ਕਿ ਡੀ ਸੀ ਸਾਹਿਬਾਨਾਂ ਦੇ ਅੱਗੇ ਵੀ ਬੇਨਤੀ ਕਰਦੇ ਹਾਂ ਕਿ ਪ੍ਰਕਿਰਿਆ ਨੂੰ ਸੌਖੀ ਕੀਤਾ ਜਾਵੇ ਅਤੇ ਜਿਹੜੇ ਜੋ ਅਧਿਕਾਰੀ ਆ ਜਿਹੜੀ ਜਿਨ੍ਹਾਂ ਦੀ ਜ਼ਿੰਮੇਵਾਰੀ ਉਹਨਾਂ BLO ਜਾਂ ਹੋਰ ਲਾਏ ਆ ਉਹਨਾਂ ਨੂੰ ਸਖ਼ਤ ਹਦਾਇਤਾਂ ਕੀਤੀਆਂ ਜਾਣੀਆਂ ਕਿ ਤੁਸੀਂ ਹਰੇਕ ਬੰਦੇ ਦੀ ਵੋਟ ਬਣਨੀ ਜਿਹੜੀ ਆ ਲਾਜ਼ਮੀ ਹੋਣੀ ਕੀਤੀ ਜਾਣੀ ਚਾਹੀਦੀ। ਪੰਜਾਬ ਦੇ ਵਿੱਚ ਈਸਾਈ ਮਿਸ਼ਨਰੀਆਂ ਜਿਹੜੀਆਂ ਬਹੁਤ ਸਿੱਖਾਂ ਅਤੇ
ਇਹ ਮੇਰਾ ਖਿਆਲ ਹੈ ਕਿ ਸਾਡੇ ਸਾਰਿਆਂ ਵਾਸਤੇ ਬਹੁਤ ਚਿੰਤਾ ਦਾ ਵਿਸ਼ਾ ਵਾ। ਧਰਮ ਪਰਿਵਰਤਨ ਵੀ ਪਰਿਵਰਤਨ ਪਰਿਵਰਤਨ ਲਾਲਚ ਨਾ ਜਾਂ ਕੋਈ ਹੋਰ ਇਹੋ ਜਿਹੇ ਐਵੇਂ ਲਾਲਚ ਬਾਦ ਨਾ ਉਹ ਜੋ ਕੀਤਾ ਜਾ ਰਿਹਾ ਉਹਦਾ ਤਾਂ ਅਸੀਂ ਡਟ ਕੇ ਵਿਰੋਧ ਕਰਦੇ। ਇਹਦੀ ਧਰਮ ਪਰਿਵਰਤਨ ਦੀ ਉਹਦੇ ਚ ਸਾਡੀਆਂ ਵੀ ਕੁਝ ਕਮੀਆਂ ਹੈਗੀਆਂ ਨੇ, ਜਿਹੜੀ ਸਾਡੀ ਸ਼੍ਰੋਮਣੀ ਕਮੇਟੀ ਸੀ ਸ਼੍ਰੋਮਣੀ ਕਮੇਟੀ ਦੀਆਂ ਕਮੀਆਂ ਹੈ, ਆਪਣਾ ਆਪਣਾ ਰੋਲ ਨਹੀਂ ਨਿਭਾਇਆ ਇਸ ਕਰਕੇ ਸਾਡੇ ਲੋਕ ਅਵੇਅਰ ਨਹੀਂ ਗਏ ਤੇ ਸਾਡੇ ਵੱਡਿਆਂ ਵਡੇਰਿਆਂ ਨੇ ਤੇ ਦੱਸ ਉਹਨਾਂ ਨੇ ਤੇ ਆਪਣੀਆਂ ਜਾਨਾਂ ਕੁਰਬਾਨ ਕਰਨੀਆਂ ਧਰਮ ਤੋਂ ਨਹੀਂ ਡੋਲੇ, ਸਾਡੇ ਸਾਹਿਬਜ਼ਾਦਿਆਂ ਦੀ ਆਧਾਰ ਨੇ ਜਾਂ ਹੋਰ ਆ, ਪਰ ਹੁਣ ਛੋਟੇ ਛੋਟੇ ਲਾਲਚਾਂ ਵਾਸਤੇ ਜੇ ਸਾਡੇ ਲੋਕ ਉੱਧਰ ਜਾ ਰਹੇ ਆ ਤੇ ਮੇਰਾ ਖਿਆਲ ਇਹ ਉਹਨਾਂ ਵਾਸਤੇ ਜਿਹੜੇ ਜਾ ਰਹੇ ਉਹਨਾਂ ਵਾਸਤੇ ਵੀ ਚੰਗੀ ਗੱਲ ਨਹੀਂਗੀ ਤੇ ਬਾਕੀ ਜਿਹੜੇ ਲੈ ਕੇ ਜਾ ਰਹੇ ਆ ਕਿ ਉਹਨਾਂ ਤੇ ਉਹਨਾਂ ਦਾ ਵਿਸ਼ਵਾਸ ਨਹੀਂ ਹੋਣਾ ਚਾਹੀਦਾ ਕਿ ਜਿਹੜੇ ਅੱਜ ਥੋੜੇ ਪੈਸਿਆਂ ਵਾਸਤੇ ਦੂਜੇ ਧਰਮ ਜਾ ਰਹੇ ਕੱਲ੍ਹ ਨੂੰ ਹੋਰ ਕੋਈ ਆਏਗਾ ਤਾਂ ਉਹਦੇ ਨਾਲ ਚਲੇ ਜਾਣਗੇ। ਕੋਈ ਨਹੀਂ ਕੋਈ ਨਹੀਂ ਕੋਈ ਨਹੀਂ 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 ਕੋਈ ਗੱਲ ਨਹੀਂ। ਨਹੀਂ ਇਹ ਜੀ ਸਾਰੀ ਸੰਗਤ ਨੂੰ ਓਪਨ ਸੱਦਾ ਵਾ, ਅਸੀਂ ਨਾ ਤਾਂ ਕਿਸੇ ਨੂੰ ਸਪੈਸ਼ਲ ਸੱਦਾ ਦੇ ਰਹੇ ਹਾਂ ਅਤੇ ਨਾ ਕਿਸੇ ਨੂੰ ਅਸੀਂ ਰੋਕ ਰਹੇ ਹਾਂ, ਅਸੀਂ ਸਾਰਿਆਂ ਨੂੰ ਜੀ ਆਇਆ ਕਹਾਂਗੇ। ਇਹ ਹਮ ਖਿਆਲੀ ਸੋਚ ਵਾਲੇ ਜਿਹੜੇ ਸਮਝਦੇ ਆ ਵੀ ਅੰਮ੍ਰਿਤਪਾਲ ਨਾਲ ਧੱਕਾ ਹੋ ਰਿਹਾ ਹੈ ਜਾਂ ਸਾਡੇ ਪੰਜਾਬ ਨਾਲ ਬੇਇਨਸਾਫੀ ਹੋ ਰਹੀ ਆ ਉਹਨਾਂ ਵਾਸਤੇ ਕਾਹਦਾ SGPC ਅਕਾਲ ਤਖ਼ਤ ਜੇ ਬਾਈ ਚਾਂਸ ਸਿੱਖ ਭਾਵਨਾ ਨਾਲ ਦੇ ਉਲਟ ਫੈਸਲਾ ਦਿੰਦਾ ਤੇ ਵੀ ਸੰਗਤਾਂ ਨੇ ਉਹਨੂੰ ਪ੍ਰਵਾਹ ਵਿਰੋਧ ਤਾਂ ਕਰਨਾ ਹੀ ਹੈ। ਅਸੀਂ ਤੇ ਕਹਿੰਦੇ ਕਿ ਜਥੇਦਾਰ ਵੀ ਇਹੋ ਜਿਹਾ ਕੋਈ ਫੈਸਲਾ ਦੇਣ ਕਿ ਜਿਹੜਾ ਸੰਗਤਾਂ ਨੂੰ ਪ੍ਰਵਾਹ ਹੋਵੇ ਤੇ ਜਥੇਦਾਰ ਦੀ ਵੀ ਇਹਦੇ 'ਚ ਹੀ ਜਿਹੜੀ ਆ ਕਿ ਵਡਿਆਈ ਆ ਜਾਂ ਸਾਡੇ ਅਕਾਲ ਤਖ਼ਤ ਦੀ ਸ਼ਾਨ ਹੈ।